ਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅਤੇ ਦੂਸਰਾ ਬਾਬਾ ਦੀਪ ਸਿੰਘ ਸਾਹਿਬ ਨੇ ਅੱਜ ਖੰਡਾ ਖੜਕਾਇਆ ਸੀ, 79 ਵਰ੍ਹਿਆਂ ਦੀ, 80 ਵਰ੍ਹਿਆਂ ਦੀ ਉਮਰ, 1761 ਈਸਵੀ ਦੇ ਵਿੱਚ ਜਦੋਂ ਪਤਾ ਲੱਗਾ ਵੀ ਅਬਦਾਲੀ ਦੇ ਪੁੱਤਰ ਤੈਮੂਰ ਦੇ ਹੁਕਮ ਨਾਲ ਜਹਾਨ ਖਾਨ ਨੇ 30,000 ਫੌਜ ਲੈ ਕੇ ਅੰਮ੍ਰਿਤਸਰ ਸਾਹਿਬ 'ਤੇ ਕਬਜ਼ਾ ਕਰ ਲਿਆ, ਹਰਿਮੰਦਰ ਸਾਹਿਬ, ਅੰਮ੍ਰਿਤ ਸਰੋਵਰ ਦੀ ਹੋਰ ਅਸਥਾਨਾਂ ਦੀ ਬੇਅਦਬੀ ਕੀਤੀ ਹੈ, ਬੁਸ਼ਟ ਹੁੱਕਾ ਪੀਂਦੇ ਨੇ, ਬੈਠੇ ਨੇ, ਨਾਚ ਵਹਿੰਦੇ ਨੇ। ਤਾਂ ਇਹ ਖਬਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦਮਦਮੇ ਸਾਹਿਬ ਮਿਲੀ ਹੈ, ਕਿਉਂਕਿ ਗੁਰੂ ਕਲਗੀਧਰ ਸਾਹਿਬ ਦੇ ਹੁਕਮ ਦੇ ਨਾਲ ਉੱਥੇ ਬਿਰਾਜਮਾਨ ਸਨ। 1682 ਦੇ ਵਿੱਚ ਜਨਮ ਹੋਇਆ ਬਾਬਾ ਭਗਤੂ ਦੇ ਘਰ, ਮਾਤਾ ਜਿਉਣੀ ਦੀ ਕੁੱਖ, ਪਿੰਡ ਪੋਵਿੰਡ। 18 ਸਾਲਾਂ ਦੇ ਸਨ, ਅੰਮ੍ਰਿਤ ਛਕਿਆ, ਫਿਰ ਦਲ ਪੰਥ ਵਿੱਚ ਰਹਿ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਸ਼ਸਤਰ ਵਿੱਦਿਆ, ਗੁਰਮੁਖੀ, ਅਰਬੀ, ਸੰਸਕ੍ਰਿਤ, ਹੋਰ ਭਾਸ਼ਾਵਾਂ ਮਹਾਰਾਜ ਕੋਲ, ਗੁਰੂ ਕੇ ਸਿੱਖਾਂ ਕੋਲ, ਭਾਈ ਮਣੀ ਸਿੰਘ ਜੀ ਦੇ ਕੋਲ ਸਿੱਖੀ। ਫਿਰ ਗੁਰਾਂ ਦੇ ਹੁਕਮ ਨਾਲ ਆ ਗਏ ਵੀ ਤੁਹਾਨੂੰ ਸੱਦਾਂਗੇ ਨਾ ਜਿੰਨਾ ਚਿਰ ਉਹਨਾਂ ਚਿਰ ਸਾਡੇ ਕੋਲ ਨਾ ਆਇਓ। ਜਦੋਂ ਸਭ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਤਾਂ ਦਮਦਮੇ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਰੂਪ ਲਿਖਣ ਦੇ ਲਈ ਭਾਈ ਮਨੀ ਸਿੰਘ ਦੀ ਸਹਾਇਤਾ ਵਾਸਤੇ ਬਾਬਾ ਦੀਪ ਸਿੰਘ ਨੂੰ ਸੁਨੇਹਾ ਘੱਲਿਆ ਵੀ ਤੁਸੀਂ ਆਓ, ਕਿਉਂਕਿ ਉਹਨਾਂ ਦੀ ਲਿਖਾਈ ਬੜੀ ਸੋਹਣੀ ਸੀ। ਅਤੇ ਮਹਾਰਾਜ ਸਾਹਿਬ ਜੀ ਦੇ ਕੋਲ ਜਿਹੜੇ 52 ਲਿਖਾਰੀ ਸਨ, 52 ਹੀ ਕਵੀ ਸਨ, ਉਹਨਾਂ ਦੇ ਵਿੱਚੋਂ ਭਾਈ ਮਨੀ ਸਿੰਘ ਅਤੇ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਲਿਖਾਰੀ ਸਨ ਜਿਹੜੇ, ਉਹਨਾਂ ਸਾਰਿਆਂ 'ਚੋਂ ਬਾਬਾ ਦੀਪ ਸਿੰਘ ਸਾਹਿਬ ਦੀ ਲਿਖਾਈ ਭਾਈ ਮਨੀ ਸਿੰਘ ਦੀ ਸੁੰਦਰ ਸੀ। ਪਰ ਵੱਡੇ ਸਨ ਭਾਈ ਮਨੀ ਸਿੰਘ ਜੀ, ਉਹ ਮਹਾਰਾਜ ਦੇ ਹੁਕਮ ਨਾਲ ਬਾਣੀ ਲਿਖਦੇ ਨੇ, ਕਲਮਾਂ ਘੜਨੀਆਂ, ਹੋਰ ਪ੍ਰਬੰਧ, ਅਤੇ ਨਾਲ ਲਿਖਣ ਦੀ ਵੀ ਸੇਵਾ ਜਦੋਂ ਕਿਤੇ ਲੋੜ ਪਵੇ ਬਾਬਾ ਦੀਪ ਸਿੰਘ ਜੀ ਕਰਦੇ ਰਹੇ। ਸਰੂਪ ਸੰਪੂਰਨ ਹੋਇਆ, ਦਮਦਮੇ ਸਾਹਿਬ ਦਾ ਜਥੇਦਾਰ ਥਾਪਿਆ, ਕਹਿਣ ਲੱਗੇ ਵੀ ਇਹਦਾ ਉਤਾਰਾ ਕਰੋ। ਅਤੇ ਕਲਗੀਧਰ ਸਾਹਿਬ ਕਹਿੰਦੇ ਅਸੀਂ ਦੱਖਣ ਨੂੰ ਚੱਲੇ ਹਾਂ, ਜਦੋਂ ਤੁਹਾਨੂੰ ਹੁਕਮ ਹੋਵੇ ਤਾਂ ਇਹ ਦਮਦਮੀ ਸਰੂਪ ਲੈ ਕੇ ਉੱਥੇ ਪਹੁੰਚਿਓ। ਬਾਬਾ ਦੀਪ ਸਿੰਘ ਜੀ ਨੇ ਜਿੰਨੇ ਚਿਰ ਨੂੰ ਮਹਾਰਾਜ ਹਜ਼ੂਰ ਸਾਹਿਬ ਪਹੁੰਚੇ, ਇੰਨੇ ਚਿਰ 'ਚ ਉਤਾਰਾ ਕਰ ਲਿਆ, ਕਿਉਂਕਿ ਉਹਨਾਂ ਦੀ ਲਿਖਾਈ ਸੋਹਣੀ ਅਤੇ ਤੇਜ਼ ਸੀ। ਉਤਾਰਾ ਕਰਕੇ ਫਿਰ ਹੁਕਮ ਆ ਗਿਆ, ਤਾਂ ਉਹ ਸਰੂਪ ਜਿਹੜਾ 10ਵੇਂ ਪਾਤਸ਼ਾਹ ਲਿਖਾਇਆ ਉਹ ਹਜ਼ੂਰ ਸਾਹਿਬ ਲੈ ਗਿਆ, ਦੇਣ ਆਉਣਾ ਹੈ ਪਰਸੋਂ। ਜਿੱਦਣ ਮਹਾਰਾਜ ਨੇ ਫਿਰ ਗੁਰਿਆਈ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ, 5 ਫਿਆਰੇ ਤਾਬਿਆ ਖੜ੍ਹੇ ਕੀਤੇ ਉਹਨਾਂ 'ਚ ਬਾਬਾ ਦੀਪ ਸਿੰਘ ਜੀ ਨੂੰ, 26 ਵਰ੍ਹਿਆਂ ਦੀ ਉਮਰ ਹੈ, ਉਹਨਾਂ ਨੂੰ ਵੀ ਖਿਲਾ ਰਿਹਾ ਵੀ ਤੁਸੀਂ ਵੀ ਇੱਥੇ ਖਲੋਵੋ। ਮਹਾਰਾਜ ਦੀ ਆਗਿਆ ਦੇ ਨਾਲ ਖਲੋਤੇ, ਫਿਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਪੰਜਾਬ ਆ ਗਏ, ਲੜਦੇ ਰਹੇ, ਸਰਹੰਦ 'ਚ ਲੜਦੇ, ਐਸੀ ਸੂਰਬੀਰਤਾ ਵਿਖਾਈ ਵੀ ਆਨੰਦਪੁਰ ਜਦੋਂ ਸਰਬੱਤ ਖਾਲਸਾ ਜੁੜਿਆ ਉੱਥੇ ਜਿੰਦਿਆਂ ਹੀ ਸ਼ਹੀਦ ਦਾ ਖਿਤਾਬ ਬਾਬਾ ਦੀਪ ਸਿੰਘ ਜੀ ਨੂੰ ਪ੍ਰਾਪਤ ਹੋ ਗਿਆ ਵੀ ਇਹਦੇ ਪੰਥ ਦੇ ਜਿੰਦਾ ਸ਼ਹੀਦ ਹਨ। ਫਿਰ ਆ ਗਏ ਦਮਦਮਾ ਸਾਹਿਬ, ਇੱਥੇ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਮੁਖੀ ਵਿੱਚ, 1 ਅਰਬੀ 'ਚ ਲਿਖਿਆ, ਅਰਬੀ 'ਚ ਲਿਖ ਕੇ ਅਰਬ ਦੇਸ਼ ਭੇਜਿਆ ਸਿੱਖੀ ਦੇ ਪ੍ਰਚਾਰ ਵਾਸਤੇ। ਅਤੇ ਫਿਰ ਸਮਾਂ ਪਾ ਕਰਕੇ ਮਜ਼ਲੂਮਾਂ ਦੀ ਵੀ ਮਦਦ ਕਰਦੇ ਰਹੇ। ਅਤੇ ਜਿਸ ਵੇਲੇ ਸਾਧ ਸੰਗਤ ਜੀ ਉਹ 1733 ਦਾ ਸਮਾਂ ਆਇਆ, ਦਲ ਖਾਲਸਾ ਬਹੁਤ ਵੱਧ ਗਿਆ, ਜਥੇ ਬਣੇ ਤਰਨੇ ਦਲ ਦੇ, 5 ਜਥਿਆਂ ਦੇ ਵਿੱਚੋਂ ਪਹਿਲੇ ਜਥੇ ਦੇ ਜਥੇਦਾਰ 1733 ਵਿੱਚ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੂੰ ਥਾਪਿਆ। 25 ਸਾਲ ਤਰਨੇ ਦਲ ਦੇ ਜਥੇਦਾਰ ਰਹੇ ਬਾਬਾ ਦੀਪ ਸਿੰਘ ਸਾਹਿਬ। ਫਿਰ ਜਦੋਂ ਆ ਸਮਾਂ ਆਇਆ 1761 ਈਸਵੀ ਦਾ, ਅਤੇ ਪਤਾ ਲੱਗਾ ਵੀ ਮਜ਼ਲੂਮਾਂ ਨੇ ਕਬਜ਼ਾ ਕੀਤਾ ਹੈ, ਅਤੇ ਉਹ 79 ਵਰ੍ਹਿਆਂ ਦਾ, 80 ਵਰ੍ਹਿਆਂ ਦਾ ਬਾਬਾ ਤੁਰਨ ਲੱਗਾ, ਤਾਂ ਮਾਸੀ ਦੇ, ਵੱਡੀ ਮਾਸੀ ਦੇ ਪੁੱਤ ਬਾਬੇ ਨੋਧ ਸਿੰਘ ਨੂੰ ਕਹਿੰਦੇ ਵੀ ਤੁਸੀਂ ਇੱਥੇ ਰਹੋ, ਅਸੀਂ ਸ਼ਹੀਦੀਆਂ ਦੇਵਾਂਗੇ। ਅਤੇ ਉਸ ਵੇਲੇ ਬਾਬਾ ਨੋਧ ਸਿੰਘ ਜੀ ਨਾਰਾਜ਼ ਹੋ ਕੇ ਕਹਿਣ ਲੱਗੇ ਤੁਸੀਂ ਮੈਨੂੰ ਬੁੱਢਾ ਵੇਖ ਕੇ ਕਹਿੰਦੇ ਵੀ ਇਹਨੂੰ ਬੁੱਢੇ ਨੂੰ ਛੱਡ ਦਿਓ, ਕਹਿੰਦੇ ਤੁਹਾਡੇ ਬਰਾਬਰ 'ਤੇ ਲੜਾਂਗਾ। ਕੀ ਹੋ ਗਿਆ ਜੇ ਮੇਰੀ ਉਮਰ 95 ਸਾਲ ਦੀ ਹੈ, ਬਾਬਾ ਦੀਪ ਸਿੰਘ ਜੀ ਜਿੱਥੇ ਤੁਸੀਂ ਲੜੋਗੇ ਤੁਹਾਡੀ ਬਰਾਬਰੀ 'ਤੇ ਜੰਗ ਕਰੂੰਗਾ, ਮੈਂ ਵੀ ਜਾਣਾ ਨਾਲ। ਉਹਨਾਂ ਦੀ ਇਹ ਬਹਾਦਰੀ ਵੇਖ ਕੇ ਉਹਨਾਂ ਨੂੰ ਤਰਨੇ ਦਲ ਦੇ ਮੀਤ ਜਥੇਦਾਰ ਥਾਪਤਾ ਵੀ ਤੁਸੀਂ ਦਲ ਪੰਥ ਦੇ ਮੀਤ ਜਥੇਦਾਰ ਹੋ ਅਤੇ ਜੰਗ ਵਿੱਚ ਸਾਡੇ ਤੋਂ ਬਾਅਦ ਸਾਡੇ ਨਾਲ ਅਗਵਾਈ ਕਰਨੀ ਹੈ। ਇਵੇਂ ਮਹਾਰਾਜ ਸਾਹਿਬ ਦੇ ਅੱਗੇ ਅਰਦਾਸਾ ਸੋਧ ਕੇ 10ਵੇਂ ਪਾਤਸ਼ਾਹ ਦਾ ਉਹ ਟਾਸਲਾ ਲੈ ਕੇ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ ਦੇ ਜੈਕਾਰੇ ਨਾਰੇ ਲਾਉਂਦੇ ਹਾਂ, ਬਾਣੀ ਦੇ ਸ਼ਬਦ ਪੜ੍ਹਦੇ ਹਾਂ ਵੀ ਹੇ ਗੁਰੂ ਰਾਮਦਾਸ, ਉਹਨਾਂ ਚਿਰ ਮਹਾਰਾਜ ਮੈਂ ਸ਼ਹੀਦ ਵੀ ਨਹੀਂ ਹੋਣਾ,
ਜਿੰਨਾ ਚਿਰ ਤੇਰੇ ਦਰਬਾਰ ਨੂੰ ਆਜ਼ਾਦ ਨਹੀਂ ਕਰਾ ਲੈਂਦਾ। ਐਸਾ ਪ੍ਰਣ ਕਰਕੇ ਤੁਰੇ ਜਦੋਂ ਉਹਨੂੰ ਕਹਿੰਦੇ ਵੀ ਚੱਲਦਿਆਂ ਹੋਇਆ ਹਰੀ ਕੇ ਹੈੱਡ ਵਾਲਾ ਥਾਂ ਲੰਘੇ, ਹਰੀ ਕੇ ਪੱਤਣ ਨੂੰ ਲੰਘੇ, ਤਾਂ ਇੱਥੋਂ ਤੀਕਰ ਹੋਰ ਸਿੱਖਾਂ ਨੂੰ ਪਤਾ ਲੱਗਾ ਸੀ 500 ਤੁਰੇ ਸਨ। ਆਉਂਦਿਆਂ ਆਉਂਦਿਆਂ ਕਹਿੰਦੇ 5000 ਹੋ ਗਏ, ਕਈਆਂ 9-10 ਲਿਖੇ ਆਏ, 30 ਦੇ ਅੱਗੇ ਤਾਂ 5 ਵੀ ਘੱਟ ਹੈ ਅਤੇ 10 ਵੀ ਘੱਟ ਹੀ ਹੈ, ਜ਼ਿਆਦਾ ਤਾਂ 30000 ਹੀ ਨੇ ਨਾ ਉਹ ਗਿਲਜੇ ਆਏ ਜਿਹੜੇ। ਤਰਨ ਤਾਰਨ ਸਰੋਵਰ 'ਚ ਇਸ਼ਨਾਨ ਕੀਤਾ, ਅਰਦਾਸ ਕਰਕੇ ਜੰਗ ਦੀ ਤਿਆਰੀ ਹੋ ਗਈ। ਇੱਧਰੋਂ ਗੁਰੂ ਦੀਆਂ ਫੌਜਾਂ ਰਾਹ ਦੀਆਂ ਸਾਰੀਆਂ ਚੌਂਕੀਆਂ ਦਾ ਨਾਸ਼ ਕਰਦੀਆਂ ਆ ਰਹੀਆਂ ਸਨ। ਖਬਰ ਅੰਮ੍ਰਿਤਸਰ ਚਲੇਗੀ, ਉਹਨਾਂ ਨੇ ਵੀ ਅੰਮ੍ਰਿਤਸਰ ਵੱਲੋਂ ਇੱਧਰ ਨੂੰ ਜਦੋਂ ਖਾਲਸਾ ਜਾ ਰਿਹਾ ਸੀ ਇਸ ਪਾਸੇ ਨੂੰ ਕੂਚ ਕਰਤਾ, ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਖੰਡੇ ਨਾਲ ਲਕੀਰ ਖਿੱਚੀ, ਤਰਨ ਤਾਰਨ ਤੋਂ ਤੁਰਨ ਲੱਗੇ ਹਾਂ। ਕਹਿੰਦੇ ਵੀ ਇਹ ਨਾ ਹੋਵੇ ਵੀ ਜੰਗ ਵੇਖ ਕੇ ਭੱਜੇ ਹੋ, ਜਿਹਨੇ ਭੱਜਣਾ ਹੈ ਉਹ ਤੋਂ ਪਹਿਲਾਂ ਹੀ ਘਰੇ ਚਲੇ ਜਾਓ, ਜਿਹਨੇ ਲੜਨਾ ਮਰਨਾ ਹੈ ਧਰਮ ਯੁੱਧ ਉਹ ਛਾਲ ਮਾਰ ਕੇ ਲਕੀਰ ਟੱਪਿਓ। ਸਾਰੇ ਹੀ ਟੱਪ ਗਏ, ਕੋਈ ਪਛਾਣਾ ਮੁੜਿਆ। ਗੋਲਵੜ ਦੇ ਮੈਦਾਨ 'ਚ ਜੰਗ ਆਰੰਭ ਹੋਇਆ, ਚੱਲਦਿਆਂ ਚੱਲਦਿਆਂ ਚੱਬੇ ਦੇ ਮੈਦਾਨ ਵਿੱਚ ਆਏ। ਇੱਥੇ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਅਮਾਨ ਜਹਾਂ ਖਾਨ ਦੇ ਨਾਲ ਲੜਦਿਆਂ ਸਾਂਝਾ ਵਾਰ ਇਹਨਾਂ ਦਾ ਚੱਲਿਆ, ਬੇਅੰਤ ਦੁਸ਼ਮਣਾਂ ਦੇ ਆਹੂ ਲਾਏ, ਸਿਰ ਧੜ ਦੇ ਨਾਲ ਉਹ ਲੱਥ ਕੇ ਧਰਤੀ 'ਤੇ ਡਿੱਗ ਪਿਆ। ਪਰ ਉਹ 95 ਵਰਿਆਂ ਦਾ ਬਜ਼ੁਰਗ ਬਾਬਾ ਜਿਹੜਾ ਕਹਿੰਦਾ ਸੀ ਬਰਾਬਰੀ 'ਤੇ ਲੜੂੰਗਾ, ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਾ ਉਹਦੇ ਬਿਲਕੁਲ ਹੀ ਨੇੜੇ ਬਾਬਾ ਨੌਦ ਸਿੰਘ ਜੀ ਦਾ ਉਹ ਸਥਾਨ ਹੈ, ਬਰਾਬਰੀ 'ਤੇ ਵੇਖੋ, ਇੱਕ ਪਾਸੇ ਬਾਬਾ ਦੀਪ ਸਿੰਘ ਇੱਕ ਪਾਸੇ ਬਾਬਾ ਨੌਦ ਸਿੰਘ ਜੰਗ ਵਿੱਚ ਜੂਝਦੇ ਰਹੇ। ਲੱਥੇ ਸਿਰ ਤੋਂ ਧੜ ਦੇ ਨਾਲ ਹੀ ਬਹੁਤ ਲੰਮਾ ਸਮਾਂ ਲੜਦਿਆਂ ਅਖੀਰ ਸ਼ਹੀਦੀ ਪ੍ਰਾਪਤ ਕਰ ਗਏ। 3 ਸਿੰਘ ਬਾਬਾ ਦੀਪ ਸਿੰਘ ਦੇ ਸਮੇਤ ਲੱਥੇ ਸਿਰ ਤੋਂ ਜੰਗ ਵਿੱਚ ਲੜੇ ਨੇ। ਇੱਕ ਭਾਈ ਮਹਿਤ ਸਿੰਘ ਹੈ, ਉਹਨਾਂ ਦਾ ਵੀ ਸਿਰ ਲੱਥ ਗਿਆ ਸੀ, ਧੜ ਦੇ ਨਾਲ ਹੀ ਬੜਾ ਲੰਮਾ ਸਮਾਂ ਲੜਦੇ ਰਹੇ, ਪਰ ਹਰ ਅੰਮ੍ਰਿਤਸਰ ਸਾਹਿਬ ਤੀਕਰ ਬਾਬਾ ਦੀਪ ਸਿੰਘ ਹੀ ਗਏ ਸਨ। ਇਹ ਬਾਬਾ ਨੌਦ ਸਿੰਘ ਜੀ ਦੀ, ਮਹਿਤ ਸਿੰਘ ਹੋਰ ਸੂਰਮਿਆਂ ਦੀ, ਸੰਤੋਖ ਸਿੰਘ, ਬਲਵੰਤ ਸਿੰਘ ਜੋ ਬਾਬਾ ਦੀਪ ਸਿੰਘ ਦੇ ਗੜਵਈ ਸਨ, ਉਹਨਾਂ ਦਾ ਵੀ ਵਰਪਾਲ ਪਿੰਡ ਵਿੱਚ ਸਥਾਨ ਬਣਿਆ ਹੋਇਆ ਹੈ, ਜ਼ਬਰਦਸਤ ਖਾਨ ਦੇ ਨਾਲ ਲੜਦਿਆਂ ਹੋਇਆਂ ਸ਼ਹੀਦ ਹੋਏ। ਹੋਰ ਬਾਬਾ ਦਿਆਲ ਸਿੰਘ, ਕਿੰਨੇ ਗੁਰੂ ਕੇ ਸੂਰਮੇ, ਸੁਧਾ ਸਿੰਘ ਆਦਿਕ, ਹਰੀ ਸਿੰਘ ਸ਼ਹੀਦ ਹੋਏ। ਇੱਧਰ ਬਾਬਾ ਦੀਪ ਸਿੰਘ ਦਾ ਜੰਗ ਹੋਇਆ, ਯਕੂਬ ਖਾਂ ਮਾਰਿਆ ਗਿਆ। ਜਹਾਨ ਖਾਨ ਜਿਹੜਾ ਮੁਖੀ ਸੀ ਇਹਨੂੰ ਬੜਾ ਗੁੱਸਾ ਆਇਆ, ਉਹ ਕਹਿਣ ਲੱਗਾ ਬਾਬਾ ਕਿਉਂ ਮਾਵਾਂ ਦੇ ਪੁੱਤ ਮਰਾਉਣੇ ਨੇ, ਇੱਧਰੋਂ ਤੂੰ ਮੁਖੀ ਹੈ ਇੱਧਰੋਂ ਮੈਂ ਮੁਖੀ ਹੈ, ਆਪਾਂ ਆਪਸ 'ਚ ਹੀ ਗੱਲ ਨਿਬੇੜ ਲਈਏ। ਬਾਬਾ ਦੀਪ ਸਿੰਘ ਜੀ ਨੇ 80 ਸਾਲਾਂ ਦਾ ਉਹ ਬਿਰਧ ਬਾਬਾ ਅਤੇ ਉਹਦੇ 18 ਸ਼ੇਰ ਦਾ ਉਹਦੇ ਹੱਥ ਵਿੱਚ ਖੰਡਾ, ਅਤੇ ਕਿੱਡਾ ਵੱਡਾ ਅੱਗੇ ਜਰਨੈਲ ਹੋਵੇਗਾ ਜਿਹਨੇ ਬਾਬੇ ਦੀਪ ਸਿੰਘ ਨੂੰ ਲਲਕਾਰਿਆ, ਅਤੇ ਲਲਕਾਰਿਆ ਨਹੀਂ ਫਿਰ ਕਈ ਲੰਮਾ ਸਮਾਂ ਜੰਗ ਚੱਲਦਾ ਰਿਹਾ, ਕਈ ਵਾਰ ਲੱਗੇ, ਕਈ ਘਾਵ ਲੱਗੇ, ਅਖੀਰ ਸਾਂਝਾ ਵਾਰ ਲੱਗਾ। ਬਾਬੇ ਦੀਪ ਸਿੰਘ ਜੀ ਦੇ ਖੰਡੇ ਨਾਲ ਜਹਾਨ ਖਾਨ ਦਾ ਸਿਰ ਵੱਢਿਆ ਗਿਆ, ਅਤੇ ਉਹਦੀ ਕਿਰਪਾਨ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਟਾਲਾ ਸਾਹਿਬ ਜਿੱਥੇ ਹੁਣ ਗੁਰਦੁਆਰਾ ਬਣਿਆ ਇਸ ਅਸਥਾਨ 'ਤੇ ਧੜ ਦੇ ਨਾਲੋਂ ਅਲੱਗ ਹੋ ਗਿਆ, ਸਰੀਰ ਧਰਤੀ 'ਤੇ ਡਿੱਗ ਪਿਆ। ਅਰਦਾਸਾ ਕੀਤਾ ਸੀ ਸ਼ਹੀਦ ਨਹੀਂ ਹੋਵਾਂਗਾ ਉਹਨਾਂ ਚਿਰ ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਾ ਲੈਂਦਾ। ਉਸ ਵੇਲੇ ਇੱਕ ਲਾਗੇ ਸਿੰਘ ਨੇ ਆਖਿਆ, ਬਾਬਾ ਜੀ ਹਜੇ ਤਾਂ 2 ਕੋਹ ਹੈ, ਅੱਜ ਦੇ ਸਮੇਂ ਕਹਿ ਲਓ ਵੀ 9 ਕਿਲੋਮੀਟਰ ਸਮਾਂ ਹੈ। ਕਹਿੰਦੇ ਹੋਣੀ ਦਾ ਜੋਗਾ ਸਿੰਘ ਜੋਗੀ ਨੇ ਪ੍ਰਸੰਗ ਬਣਾਇਆ ਵੀ ਹੋਣੀ ਕਹਿਣ ਲੱਗੀ, ਦਮ ਦਮੇ ਦਮ ਗਜੇ ਪਿਆ ਮਾਰਦਾ ਸਾਂ ਸੀਸ, ਗੁਰਾਂ ਨੂੰ ਭੇਟ ਚੜ੍ਹਾਇਆ ਨਹੀਂ, ਉਹ ਜਿਹੜੇ ਗੁਰਾਂ ਨੂੰ ਇੰਨਾ ਪਾਸ ਸਿਮਰਦਾ ਸਾਂ, ਵੇਖ ਉਹਨਾਂ ਨੇ ਤੈਨੂੰ ਬਚਾਇਆ ਨਹੀਂ। ਉਹ ਕਹਿੰਦੇ ਵੀ 5 ਮੀਲ ਉੱਤੇ ਡੇਰਾ ਲਾ ਬੈਠਾ, ਹਰੀ ਮੰਦਰ ਆਜ਼ਾਦ ਕਰਾਇਆ ਨਹੀਂ, ਉਹ ਹੋਣੀ ਨੇ ਤਾਨਾ ਮਾਰਿਆ। ਅਰਦਾਸਾ ਕੀਤਾ ਸੀ ਪੂਰਾ ਨਹੀਂ ਕੀਤਾ, ਜਿਹੜੇ ਗੁਰੂ ਅੱਗੇ ਅਰਦਾਸ ਕੀਤੀ ਉਹਨਾਂ ਤੈਨੂੰ ਬਚਾਇਆ ਹੀ ਨਹੀਂ, ਹਜੇ 5 ਮੀਲ ਰਹਿੰਦਾ ਹਰਿਮੰਦਰ ਆਜ਼ਾਦ ਕਰਾਇਆ ਹੀ ਨਹੀਂ। ਅਤੇ ਨੇੜੇ ਉਹ ਕਹਿੰਦੇ ਵੀ ਨਿਹੰਗ ਸਿੰਘ, ਉਹ ਸੂਰਮਾ ਕਹਿੰਦਾ ਇਹਨੂੰ ਕੀ ਹੋਇਆ ਹਾਲਾਂ, ਇਹ ਤਾਂ ਹੁਣੇ ਬਾਬਾ ਲੜੇਗਾ ਉੱਠ ਕੇ। ਬਾਬਾ ਦੀਪ ਸਿੰਘ ਸਾਹਿਬ ਉਸੇ ਵੇਲੇ ਉੱਠੇ, ਖੱਬੀ ਹੱਥ ਦੀ ਤਲੀ 'ਤੇ ਰੱਖਿਆ ਆਪਣਾ ਸੀਸ, ਸੱਜੇ ਹੱਥ ਦੇ ਵਿੱਚ 18 ਸ਼ੇਰ ਦਾ ਫੜਿਆ ਖੰਡਾ, ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਫਿਰ ਜੰਗ ਕਰਨਾ ਸ਼ੁਰੂ ਕਰਤਾ। ਮਰਹੱਟਾ ਕੌਮ ਹੈ, ਇੱਕ ਮਰਾਠੇ ਵੀ ਕਹਿੰਦੇ ਨੇ ਮਰਹੱਟਾ, ਮਰਹੱਟਾ ਜਿਹੜੇ ਮਰ ਕੇ ਮੈਦਾਨ 'ਚੋਂ ਹਟਦੇ ਨੇ, ਜੋ ਮਰਜ਼ੀ ਹੋਵੇ ਜਿੰਨਾ ਚਿਰ ਪ੍ਰਾਣ ਨੇ ਪਛਾਣ ਨਹੀਂ ਆਉਂਦੇ, ਪਰ ਕਹਿੰਦੇ ਵੀ ਉਹ ਤਾਂ ਮਰ ਕੇ ਹਟਦੇ ਨੇ ਨਾ। ਇੱਧਰ ਗੁਰੂ ਕਲਗੀਧਰ ਦਾ ਖਾਲਸਾ, ਮਰ ਕੇ ਵੀ ਨਹੀਂ ਹਟਦੇ, ਇਹ ਸ਼ਹੀਦ ਸਿੰਘ ਬਣ ਜਾਂਦੇ ਨੇ ਮਰਨ ਤੋਂ ਬਾਅਦ, ਅਤੇ ਸ਼ਹੀਦ ਹੋਰ ਵੀ ਖਤਰਨਾਕ ਹੁੰਦੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਦੋਂ ਖੰਡਾ ਵਾਹੁਣਾ ਸ਼ੁਰੂ ਕਰਤਾ,
ਇੱਕ ਤਾਂ ਫੌਜ ਦੇ ਆਹੂ ਲੱਥ ਗਏ ਅਤੇ ਦੂਜਾ ਫੌਜ ਡਰ ਗਈ ਵੀ ਇਹਨਾਂ ਦੇ ਤਾਂ ਸਿਰ ਵੱਡੇ ਨੇ, ਇਹਨਾਂ ਨੂੰ ਤਾਂ ਮਾਰ ਕੇ ਧਰਤੀ 'ਤੇ ਸੁੱਟਿਆ, ਇਹ ਤਾਂ ਫਿਰ ਵੀ ਨਹੀਂ ਮਰਦੇ, ਇਹਨਾਂ ਨਾਲ ਕੌਣ ਲੜੇ? ਕਹਿੰਦੇ ਸਾਰੇ ਹੀ ਭੱਜ ਕੇ ਡਰਦੇ। ਬਾਬਾ ਦੀਪ ਸਿੰਘ ਨੂੰ ਲੱਥੇ ਸਿਰ ਤੋਂ ਬਗੈਰ ਲੜਦੇ ਹਾਂ, ਸਿਰ ਤੋਂ ਬਿਨਾਂ ਲੜਦੇ ਹਾਂ ਵੇਖ ਕੇ, ਅਤੇ ਫੌਜਾਂ ਅੱਗੇ ਲੱਗ ਗਈਆਂ। ਇਸ ਤਰ੍ਹਾਂ 8-9 ਕਿਲੋਮੀਟਰ ਦਾ ਪੈਂਡਾ ਜੰਗ ਦੇ ਵਿੱਚ ਜੂਝਦਿਆਂ ਹੋਇਆਂ ਬਾਬਾ ਦੀਪ ਸਿੰਘ ਸਾਹਿਬ ਜੀ ਪਹੁੰਚੇ ਹਰਿਮੰਦਰ ਸਾਹਿਬ। ਇੱਥੇ ਆ ਕੇ ਸਾਰੇ ਭਗਵਾਨ ਕਹਿੰਦੇ ਵੀ ਉੱਥੇ ਪਰਿਕਰਮਾ 'ਚ ਮੱਥਾ ਟੇਕਤਾ ਅਤੇ ਜਿਹੜੇ ਦੁਸ਼ਟ ਸਨ ਉਹ ਉਹਨਾਂ ਤੋਂ ਡਰਦਿਆਂ ਭੱਜ ਗਏ। ਨਹੀਂ, ਇਕੱਲਾ ਪਰਿਕਰਮਾ 'ਚ ਮੱਥਾ ਨਹੀਂ ਟੇਕਿਆ, ਜਿਹੜਾ 8 ਕੋਹ ਤੋਂ ਆ ਸਕਦਾ ਉਹਨੂੰ ਹਰਿਮੰਦਰ ਸਾਹਿਬ 'ਚ ਮੱਥਾ ਟੇਕਣਾ ਕਿੰਨੀ ਕੁ ਦੂਰ ਹੈ, 8 ਕਿਲੋਮੀਟਰ ਤੋਂ 9 ਤੋਂ ਆ ਸਕਦਾ। ਗਿਆਨੀ ਠਾਕੁਰ ਸਿੰਘ ਜੀ ਕਥਾ ਵਾਚਕ ਹੋਏ ਨੇ, ਪੁਰਾਣੇ ਸਮੇਂ 'ਚ ਮੰਜੀ ਸਾਹਿਬ ਕਥਾ ਕਰਦੇ ਸਨ, ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਸਨ, ਉਹ ਦੱਸਦੇ ਹੁੰਦੇ ਸੀ ਜਿਹਨਾਂ ਬਜ਼ੁਰਗਾਂ ਸੁਣਿਆ ਉਹਨਾਂ ਕੋਲ ਉਹ ਪ੍ਰਸੰਗ ਉਵੇਂ ਦੱਸਿਆ ਵੀ ਉਹ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਆਏ ਜਿਹੜੇ ਰਾਮਸਰ ਵਾਲੇ ਪਾਸੇ ਤੋਂ ਹੁੰਦੇ ਹੋਏ, ਜਿੱਥੇ ਸਰੋਵਰ ਦੀ ਪਰਿਕਰਮਾ 'ਚ ਬਾਬਾ ਜੀ ਦਾ ਬੁੰਗਾ ਬਣਿਆ ਹੈ ਨਾ, ਇੱਥੇ ਆ ਕੇ ਪਹਿਲਾਂ ਮੱਥਾ ਟੇਕਿਆ ਹਰਿਮੰਦਰ ਸਾਹਿਬ ਅੱਗੇ। ਫਿਰ ਮਹਾਰਾਜ ਸਾਹਿਬ ਜੀ ਦੇ ਹਰਿਮੰਦਰ ਦੀ ਪਰਿਕਰਮਾ ਕੀਤੀ, ਆਪਣੇ ਜਿਹੜੇ ਬਣੇ ਸ਼ਸਤਰ ਧਾਰਿਆ ਸੀ ਉਹ ਸ਼ਸਤਰ ਵਾਲਾ ਪਾਸਾ ਹਰਿਮੰਦਰ ਸਾਹਿਬ ਨੂੰ ਮੁੱਖ ਰੱਖਿਆ, ਜਿਵੇਂ ਨਿਹੰਗ ਸਿੰਘ ਪਰਿਕਰਮਾ ਕਰਦੇ, ਅਤੇ ਪਰਿਕਰਮਾ ਕਰਦਿਆਂ ਸਰੋਵਰ ਦੀ ਫਿਰ ਹਰਿਮੰਦਰ ਸਾਹਿਬ ਦੇ ਅੰਦਰ ਗਏ ਨੇ, ਉੱਥੇ ਗੁਰੂ ਰਾਮਦਾਸ ਸਾਹਿਬ ਦਾ ਸ਼ੁਕਰਾਨਾ ਕੀਤਾ, ਮੱਥਾ ਟੇਕਿਆ, ਮੱਥਾ ਟੇਕ ਕੇ ਫਿਰ ਬਾਹਰ ਆਏ। ਬਾਹਰ ਪਰਿਕਰਮਾ ਕਰਦਿਆਂ ਜਿੱਥੋਂ ਪਰਿਕਰਮਾ ਸ਼ੁਰੂ ਕੀਤੀ ਸੀ ਉੱਥੇ ਆ ਕੇ ਸਿਰ ਰੱਖਿਆ ਅਤੇ ਐਸੀ ਨਮਸਕਾਰ ਕੀਤੀ, ਐਸਾ ਮੱਥਾ ਟੇਕਿਆ, ਐਸੇ ਲੰਮੇ ਪਏ ਵੀ ਫੇਰ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ, ਮਤਾਂ ਕਿਤੇ ਰੱਬ ਹੀ ਪੁੱਛ ਹੀ ਲਵੇ ਵੀ ਇਹ ਕਿਹੜਾ ਹੈ ਜਿਹੜਾ ਮੇਰੇ ਦਰ 'ਤੇ ਪਿਆ ਹੈ। ਸਦਾ ਦੇ ਵਾਸਤੇ ਬਾਬਾ ਦੀਪ ਸਿੰਘ ਸਾਹਿਬ ਜੀ ਉੱਥੇ ਇਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆਂ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ, ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨੀ ਸਾਨੈ ਘਾਓ, ਖੇਰ ਜੋ ਮਾਂਡਿਓ ਸੂਰਮਾ ਅਬ ਜੂਝਣ ਕਉ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਐਸੀ ਸੂਰਮ ਗਤੀ ਵਿਖਾਉਂਦਿਆਂ ਹੋਇਆਂ ਬਹਾਦਰ ਬਾਬਾ ਦੀਪ ਸਿੰਘ ਸਾਹਿਬ, ਬਾਬਾ ਨੌਧ ਸਿੰਘ ਜੀ ਅਤੇ ਹੋਰ ਅਨੇਕਾਂ ਗੁਰੂ ਕੇ ਸੂਰਮਿਆਂ ਨੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਂਦਿਆਂ ਹੋਇਆਂ ਅੱਜ ਦੇ ਦਿਨ ਸਾਧ ਸੰਗਤ ਜੀ 1761 ਈਸਵੀ ਦੇ ਵਿੱਚ 13 ਨਵੰਬਰ ਨੂੰ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਸੂਰਮਿਆਂ ਦੇ ਚਰਣਾਂ 'ਤੇ ਨਮਸਕਾਰ ਹੈ ਜਿਨ੍ਹਾਂ ਨੇ ਆਪਾ ਕੁਰਬਾਨ ਕਰ ਦਿੱਤਾ ਗੁਰਧਾਮਾਂ ਦੀ ਰਾਖੀ ਦੇ ਸੇਵਾ ਵਾਸਤੇ। ਸਤਿਗੁਰੂ ਮਹਾਰਾਜ ਸਾਹਿਬ ਦੇ ਅਸਥਾਨ ਉਹ ਇਮਾਰਤਾਂ ਨਹੀਂ ਹਨ, ਇਮਾਰਤਾਂ ਲਈ ਕੋਈ ਜਾਣ ਨਹੀਂ ਦਿੰਦਾ, ਉਹ ਤਾਂ ਸਿੱਖਾਂ ਦੀ ਜਾਨ ਹੈ, ਸਾਡੀ ਜਾਨ ਹਰਿਮੰਦਰ 'ਚ ਵੱਸਦੀ ਹੈ। ਜੇ ਹਰਿਮੰਦਰ ਨਹੀਂ ਹੈ ਤਾਂ ਸਿੱਖ ਨਹੀਂ ਹੈ, ਜੇ ਗੁਰੂ ਦੇ ਅਸਥਾਨ ਨਹੀਂ ਹੈ ਤਾਂ ਸਿੱਖੀ ਨਹੀਂ ਹੈ। ਇਸ ਕਰਕੇ ਆਪਣੇ ਅਸਥਾਨਾਂ ਦਾ ਅਦਬ ਰੱਖੋ, ਦਿਲ ਵਿੱਚ ਵੀ ਰੱਖੋ ਅਤੇ ਤਿਆਰ ਬੁਰ ਤਿਆਰ ਰਹਿ ਕਰਕੇ ਅਦਬ ਸਤਿਕਾਰ ਦੇ ਲਈ ਹਰ ਵੇਲੇ ਤਤਪਰ ਵੀ ਰਹੋ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਉਹਨਾਂ ਸਮੂਹ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ, ਇਤਿਹਾਸ ਦੀਆਂ ਵਿਚਾਰਾਂ ਕਰਦੇ ਹਾਂ, ਕਥਾ ਕਰਦੇ ਹਾਂ, ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਗੁਰੂ ਮਹਾਰਾਜ, ਗੁਰੂ ਕੀ ਸੰਗਤ ਸਦਾ ਹੀ ਬਖਸ਼ਣ ਹਾਰ ਹੈ, ਬਖਸ਼ ਲੈਣਾ, ਕਿਉਂਕਿ ਉਹਨਾਂ ਯੋਧਿਆਂ ਦੀ ਵਾਰ, ਉਹਨਾਂ ਯੋਧਿਆਂ ਦਾ ਜਸ ਜਿਹੜਾ ਉਹ ਕੋਈ ਕਹਿ ਹੀ ਨਹੀਂ ਸਕਦਾ, ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਅੰਮ੍ਰਿਤ ਸਰੋਵਰ ਦੀਆਂ ਪਰਿਕਰਮਾ ਧੋਤੀਆਂ ਹਨ। ਅੱਜ ਕੱਲ੍ਹ ਤਾਂ ਪਾਣੀ ਨਾ ਧੋ ਦੇਣ 'ਤੇ ਲੋਕ ਕਿੰਤੂ ਕਰਦੇ ਹੈ, ਸੂਰਮੇ ਤਾਂ ਉਹ ਹੋਏ ਨੇ ਜਿਨ੍ਹਾਂ ਨੇ ਖੂਨ ਦੇ ਨਾਲ ਵੀ ਧੋਤੀਆਂ ਹਨ, ਆਪਣੇ ਖੂਨ ਨਾਲ ਗੁਰੂ ਦਰਬਾਰ ਧੋ ਦਿੱਤੇ। ਤੁਸੀਂ ਦੁੱਧ ਲੱਸੀ ਵੇਖ ਕੇ ਨਿੰਦਕੋ ਸੜਦੇ ਹੋ, ਗੁਰੂ ਕਾ ਸੂ ਖਾਲਸਾ ਜਿਹੜਾ ਆਪਣਾ ਲਹੂ ਵਗਾ ਕੇ ਵੀ ਆਪਣਾ ਖੂਨ ਦੇ ਕੇ ਵੀ ਗੁਰੂ ਦਰਬਾਰਾਂ ਦੇ ਇਸ਼ਨਾਨ ਕਰਾਉਂਦਾ ਰਿਹਾ ਅਤੇ ਜਦੋਂ ਲੋੜ ਪੈਗੀ ਕਰਾਉਂਦਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।